ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਮੈਂ ਜਸਵਿੰਦਰ ਸਿੰਘ ਡਾਂਗੀ ਹਾਂ। ਅੱਜ ਅਸੀਂ ਪਹੁੰਚੇ ਹਾਂ ਡਾਕਟਰ ਰਾਜਤ ਖੰਨਾ ਜੀ ਦੀ ਕਲੀਨਿਕ ਦੇ ਉੱਤੇ। ਇਹ ਕਲੀਨਿਕ ਜਗਰਾਓਂ ਵਿਖੇ ਅੱਡਾ ਰਾਏਕੋਟ ਵਿਖੇ ਹੈ, ਜਿੱਥੇ ਇੱਕ ਪੇਸ਼ੈਂਟ ਲੇਡੀਜ਼ ਜਿਸ ਨੂੰ ਬਹੁਤ ਹੀ ਜਲਦੀ ਆਰਾਮ ਆਇਆ, ਅਤੇ ਉਸ ਲੇਡੀਜ਼ ਨਾਲ ਆਪਾਂ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਉਹਨਾਂ ਕੋਲੋਂ ਪੁੱਛਦੇ ਹਾਂ ਅਤੇ ਕਿੰਨਾ ਟਾਈਮ ਉਹਨਾਂ ਨੇ ਦਵਾਈ ਖਾਧੀ, ਉਹ ਕਿੰਨਾ ਟਾਈਮ ਹੋ ਗਿਆ ਇੱਥੇ ਉਹਨਾਂ ਨੂੰ ਆਉਂਦਿਆਂ ਨੂੰ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਅੱਛਾ ਮੈਡਮ ਜੀ, ਕੀ ਨਾਂ ਤੁਹਾਡਾ ਅਤੇ ਕਿੱਥੋਂ ਆਏ ਤੁਸੀਂ? ਜੀ, ਮੇਰਾ ਨਾਮ ਕਰਮਜੀਤ ਕੌਰ ਹੈ ਜੀ। ਕਿਹੜੇ ਪਿੰਡ ਤੋਂ? ਹਾਂਜੀ, ਚੰਦ ਨਵੇਂ ਤੋਂ ਜੀ। ਚੰਦ ਨਵੇਂ ਤੋਂ? ਇਹ ਕਿੱਥੇ ਪੈ ਜਾਂਦਾ? ਇਹ ਮੋਗੇ ਦੇ ਨਾਲ ਆ ਜੀ। ਅੱਛਾ ਜੀ। ਮੈਡਮ ਜੀ, ਤੁਹਾਨੂੰ ਕੀ ਬਿਮਾਰੀ ਸੀਗੀ ਅਤੇ ਕਿੰਨਾ ਟਾਈਮ ਹੈਗਾ ਤੁਹਾਡਾ ਇੱਥੇ ਇਲਾਜ ਚੱਲਦੇ? ਹਾਂਜੀ, ਮੇਰੇ ਬਾਂਹ 'ਚ ਪ੍ਰੋਬਲਮ ਸੀਗੀ, ਅਸੀਂ ਉੱਥੋਂ ਪਿੰਡੋਂ ਦਵਾਈ ਲਈ, ਉੱਥੋਂ ਸਾਨੂੰ ਫਰਕ ਨਹੀਂ ਪਿਆ, ਇੱਥੇ ਅਸੀਂ ਇੱਕ ਦਿਨ 'ਚ ਹੀ ਜਾਣੀ ਦੀ ਠੀਕ ਹੋ ਕੇ ਗਏ ਹਾਂ। ਇੱਕ ਦਿਨ ਵਿੱਚ? ਹਾਂਜੀ, ਜਾ ਕੇ। ਅੱਛਾ, ਇੱਥੇ ਕੀ ਟ੍ਰੀਟਮੈਂਟ ਕੀਤਾ ਤੁਹਾਡਾ? ਇੱਥੇ ਜੀ ਵਧੀਆ ਦਵਾਈ ਦਿੱਤੀ ਆ, ਵਧੀਆ ਇਲਾਜ ਕੀਤਾ। ਹਾਂਜੀ, ਸਾਨੂੰ ਬਹੁਤ ਫਰਕ ਪੈ ਗਿਆ, ਇੰਨਾ ਸਾਨੂੰ ਉੱਥੋਂ ਨਹੀਂ ਆਰਾਮ ਆਇਆ ਜਿੰਨਾ ਇੱਥੋਂ ਆਰਾਮ ਆਇਆ। ਬਾਂਹ 'ਚ ਕੀ ਪ੍ਰੋਬਲਮ ਸੀ ਤੁਹਾਡੇ? ਬਾਂਹ ਦਾ ਜੀ ਸਰਕਲ ਰੁਕਦਾ ਸੀ ਖੂਨ ਦਾ। ਹਾਂਜੀ, ਇੱਥੋਂ ਵਧੀਆ ਠੀਕ ਹੋ ਗਿਆ ਸੀ। ਅੱਛਾ ਵੀਰ ਜੀ, ਤੁਸੀਂ ਵੀ ਨਾਲ ਆਉਂਦੇ ਰਹੇ ਹੋ ਅਤੇ ਤੁਹਾਡਾ ਨਾਂ ਕੀ ਆ ਅਤੇ ਮਤਲਬ ਕਿੰਨਾ ਟਾਈਮ ਤੁਸੀਂ ਇੱਥੇ ਆਉਂਦੇ ਰਹੇ ਹੋ, ਮਤਲਬ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ? ਅਸੀਂ ਜੀ, ਮੈਂ ਪਹਿਲਾਂ ਇੱਥੋਂ ਗੋਡਿਆਂ ਦਾ ਇਲਾਜ ਕਰਵਾਇਆ ਸੀ ਅਤੇ ਬਹੁਤ ਅੱਛਾ ਡਾਕਟਰ ਨੇ ਇਲਾਜ ਕੀਤਾ ਅਤੇ ਇਸ ਤੋਂ ਬਾਅਦ ਜਦੋਂ ਘਰਦਿਆਂ ਨੂੰ ਪ੍ਰੋਬਲਮ ਪਈ, ਅਸੀਂ ਥੋੜ੍ਹਾ ਜਿਹਾ ਲੇਟ ਹੋ ਗਏ, ਹੋਰ ਡਾਕਟਰਾਂ ਕੋਲ ਫਿਰਦੇ ਰਹੇ, ਕੋਈ ਆਰਾਮ ਨਹੀਂ ਆਇਆ। ਯਾਨੀ ਕਿ ਫਿਰ ਸਾਨੂੰ ਇੱਥੇ ਯਾਦ ਆਇਆ ਵੀ ਉੱਥੇ ਚੱਲ ਗਏ ਅਤੇ ਬਹੁਤ ਫਰਕ ਆ ਜੀ, ਇਹੋ ਜਿਹਾ ਡਾਕਟਰ ਸਾਨੂੰ ਨਹੀਂ ਮਿਲਣਾ ਕਿਤੋਂ। ਹਾਂਜੀ, ਤੁਹਾਨੂੰ ਕਿੰਨਾ ਟਾਈਮ ਫਰਕ ਪਿਆ ਜਿੱਥੇ? ਮੈਨੂੰ ਤਾਂ ਮੈਂ 2-3 ਵਾਰੀ ਮੈਂ ਆਇਆ ਅਤੇ ਮੇਰੇ ਗੋਡਿਆਂ ਦੀ ਬਹੁਤ ਪ੍ਰੋਬਲਮ ਸੀ ਅਤੇ ਮੈਂ ਵੀ ਠੀਕ ਹੋ ਗਿਆ, ਹੁਣ ਵਧੀਆ ਚੱਲਦਾ ਫਿਰਦਾ, ਕੋਈ ਫਰਕ ਨਹੀਂ ਗਾ ਕਿਸੇ ਗੱਲ ਦਾ। ਗੋਡੇ ਮਤਲਬ ਤੁਰਿਆ ਨਹੀਂ ਜਾਂਦਾ ਸੀ ਬਿਲਕੁਲ ਜਾਂ ਕਿਵੇਂ? ਹਾਂਜੀ ਹਾਂਜੀ, ਤੁਰਿਆ ਨਹੀਂ ਜਾਂਦਾ ਸੀ, ਗੋਡਿਆਂ 'ਚ ਦਰਦ ਪੈਂਦੇ ਸੀ, ਖਿੱਚ ਪੈਂਦੀ ਸੀ ਅਤੇ ਡਾਕਟਰ ਸਾਹਿਬ ਨੇ ਮੈਨੂੰ ਵਧੀਆ ਤੁਰਦੇ ਕੀਤਾ ਜੀ। ਹਾਂਜੀ, ਥੈਂਕ ਯੂ।